ਗੱਡੀ ਨੂੰ ਪਤਾ ਕੀ ਹੋਇਆ, ਗੱਡੀ ਸਾਡੀ ਜਦੋਂ ਮੈਂ ਸਟਾਰਟ ਕਰਦਾ ਨਾ ਥੋੜ੍ਹੀ ਆਵਾਜ਼ ਕਰਦੀ ਆ ਚਿਕ 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 ਚਿਕ। ਹੁਣ ਉਹੀ ਮੈਂ ਦਿਖਾਉਣ ਵਾਸਤੇ ਮੈਂ ਮਿਸਤਰੀ ਕੋਲ ਲੈ ਕੇ ਜਾ ਰਿਹਾ ਹੈਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਖਰਚੇ ਕੀ ਕੀ ਹੁੰਦੇ ਨੇ ਕਾਰਾਂ ਦੇ। ਕਹਿੰਦੇ ਵਾਟਰ ਪੰਪ ਇਹਦਾ ਥੋੜ੍ਹਾ ਜਿਹਾ ਲੀਕ ਆ, ਤਾਂ ਕਰਕੇ ਨਾ ਉਹਦੀ ਥੋੜ੍ਹੀ ਜਿਹੀ ਆਵਾਜ਼ ਹੀ ਆ। ਕਹਿੰਦੇ ਕੋਈ ਗੱਲ ਨਹੀਂ, ਔਡਰ ਕਰਤਾ, ਜਦੋਂ ਭਾਈ ਆ ਕੇ ਦੱਸ ਦਾਂਗੇ। ਇਹ ਹੈਗਾ ਆ 91 ਰੈਗੂਲਰ ਆ ਡੀਜ਼ਲ, ਇੱਥੇ ਪੈਂਦਾ। ਇਹਦਾ ਸਿਸਟਮ ਉਹਦਾ ਕੀ ਹੈ, ਇਹ ਸਾਰਾ ਆਪ ਕਰਨਾ ਪੈਂਦਾ ਹੈਗਾ। ਇਨਸਰਟ ਕਾਰਡ, ਫਿਊਲ ਪੰਪ ਕਿੰਨਾ ਗਾ, ਨੰਬਰ 2 ਕੁਆਂਟਿਟੀ ਭਰ ਸਕਦਾ ਕਿੰਨਾ ਭਰਨਾ, ਪਰ ਆਪਾਂ ਮੈਕਸੀਮਮ ਕਰ ਦਾਂਗੇ ਜਿੰਨਾ ਪਊਗਾ ਪਾ ਦਾਂਗੇ। ਆਈ ਹੋਪ ਕਾਰਡ ਦੇ ਵਿੱਚ ਇੰਨੇ ਪੈਸੇ ਹੋਣ। ਕ੍ਰੈਡਿਟ ਕਰਾਂਗੇ, ਹੁਣ ਚੱਕੋ ਅਤੇ ਭਰੋ। ਆਪਾਂ ਪਾਉਣਾ 98। ਫਿਊਲ ਦਾ ਪ੍ਰਾਈਸ ਕੀ ਅੱਜ 98 ਦਾ ਹੈਗਾ 199, ਦੇਖ ਰਿਹਾ 199। ਇਹ ਉੱਦਾਂ 98 ਆ ਜਿਹੜਾ, ਇਹ ਥੋੜ੍ਹਾ ਬਹੁਤਾ ਮਹਿੰਗਾ ਹੁੰਦਾ ਨੋਰਮਲ ਨਾਲੋਂ, ਪਰ ਉਹੀ ਜਿਹੀ ਫਿਰ ਗੱਡੀ ਚੱਲ ਵਧੀਆ ਜਾਂਦੀ ਆ। ਸਭ ਤੋਂ ਬੈਸਟ ਪ੍ਰਾਈਸ ਤੁਹਾਨੂੰ ਹਮੇਸ਼ਾ ਗੱਲ 'ਤੇ ਮਿਲੂਗਾ, ਅਨਲੈਸ ਕਿਸੇ ਹੋਰ ਪੰਪ 'ਤੇ ਕੋਈ ਬਹੁਤ ਹੀ ਵਧੀਆ ਡੀਲ ਲੱਗੀ ਹੋਈ ਆ। ਅਤੇ ਪੈ ਗਿਆ ਪ੍ਰਾਈਸ 100-106 ਡਾਲਰ ਦਾ, 53। That's it. Said enna ki kam honda, and there you go. ਹਾਂ ਤੁਸੀਂ ਦੇਖ ਲਓ ਵੀ ਕਿੰਨਾ ਆਪਾਂ ਨੇ ਕਿੰਨਾ ਪਾਇਆ, 100-106 ਡਾਲਰ ਦਾ, 53 ਲੀਟਰ, 53.53 ਲੀਟਰ ਹੋ ਗਿਆ, 53-53। ਜੇ ਅਸੀਂ ਨਿਊਜ਼ੀਲੈਂਡ ਰਹਿੰਦੇ ਹਾਂ, ਨਿਊਜ਼ੀਲੈਂਡ ਦੇ ਪ੍ਰਾਈਸ ਇੱਕੋ ਰਹੇ ਦੀ ਐਪਲੀਕੇਸ਼ਨ ਆ, ਗੈਸ ਪੀ ਪਤਾ ਨਹੀਂ ਐਂ ਜੀ ਕੁਛ ਆ, ਮੈਂ ਇੱਥੇ ਲਿਖ ਦੂੰ ਕਿਤੇ। ਅਤੇ ਉਹ ਤੋਂ ਜੇ ਉਹ ਤੋਂ ਪਤਾ ਲੱਗ ਜਾਂਦਾ ਵੀ ਕਿਹੜੇ ਪੰਪ 'ਤੇ ਤੇਲ ਦੀ ਵਧੀਆ ਡੀਲ ਚੱਲ ਰਹੀ ਆ। ਮਤਲਬ ਕਿ ਜ਼ਿਆਦਾ ਫਰਕ ਨਹੀਂ ਪੈਂਦਾ, ਇੱਕ 5-4 ਡਾਲਰ ਉੱਪਰ ਥੱਲੇ ਹੋ ਜਾਂਦੇ ਆ, ਪਰ ਐਂ ਕਿ ਜੇ ਮੰਨ ਲਓ ਸਾਡੇ ਤੁਹਾਡੇ ਸਾਰੇ ਰਸਤੇ ਦੇ ਵਿੱਚ ਪੈਂਦੇ ਹੀ ਆ ਗੈਸ ਸਟੇਸ਼ਨ, ਤਾਂ ਕਰਕੇ ਲਾਈਕ ਵਾਈ ਨੋਟ। ਗੱਡੀਆਂ ਦੇ ਖਰਚੇ ਦੀ ਆਪਾਂ ਗੱਲ ਕਰੀਏ, ਗੱਡੀਆਂ ਦੇ ਖਰਚੇ ਕੀ ਕੀ ਹੁੰਦੇ ਨੇ, ਆਹੀ ਹੁੰਦੇ ਨੇ ਵੀ ਮੇਨਟੇਨੈਂਸ ਦਾ ਹੋ ਗਿਆ, ਰਜਿਸਟ੍ਰੇਸ਼ਨ ਹੁੰਦੀ ਆ ਤੁਹਾਡੀ, ਅਤੇ ਵੋਫ ਹੁੰਦੀ ਆ, ਅਤੇ ਇੰਸ਼ੋਰੈਂਸ ਹੁੰਦਾ ਗਾ। ਜਿਵੇਂ ਕਿ ਆਹ ਹੋ ਗਿਆ, ਹੁਣ ਵੋਫ ਹੋ ਗਿਆ, ਆਹ ਵੋਫ ਦਾ ਸਟਿੱਕਰ ਆ, ਇਹਦੀ ਵੋਫ ਹੁਣ ਹੋਈ ਹੋਈ ਆ 10ਵੇਂ ਮਹੀਨੇ ਤੱਕ ਦੀ, ਮਤਲਬ ਕਿ ਅਗਲੇ ਮਹੀਨੇ ਤੱਕ ਇਹਦੀ ਵੋਫ ਹੈਗੀ ਆ। ਅਤੇ ਅਗਲੇ ਮਹੀਨੇ ਹੁਣ ਮੈਨੂੰ ਅਗਲੇ ਮਹੀਨੇ ਇਹ ਦੁਬਾਰੇ ਮਕੈਨਿਕ ਕੋਲ ਲੈ ਕੇ ਜਾਣੀ ਪਊਗੀ ਫਿਰ ਜੀ ਵੋਫ ਕਰਾਉਣ। ਮਤਲਬ ਵੋਫ ਦੇ ਵਿੱਚ ਇਹ ਹੁੰਦਾ ਕਿ ਮਕੈਨਿਕ ਦੇਖ ਕੇ ਦੱਸੂਗਾ ਕਿ ਇਹ ਗੱਡੀ ਸੇਫ ਹੈਗੀ ਆ ਰੋਡ 'ਤੇ ਚੱਲਣ ਲਈ ਜਾਂ ਨਾ। ਅਤੇ ਉਹ ਤੋਂ ਬਾਅਦ ਹੁੰਦਾ ਗੱਡੀ ਦੀ ਰਜਿਸਟ੍ਰੇਸ਼ਨ ਦੇਖ ਲਓ ਵੀ ਹੈਗੀ ਆ 9-10, ਇਹ ਵੀ ਅਗਲੇ ਮਹੀਨੇ ਦੀ, ਉੱਥੋਂ ਤੱਕ ਇਹ ਗੱਡੀ ਲੀਗਲੀ ਰੋਡ 'ਤੇ ਚੱਲ ਸਕਦੀ ਆ। ਉਸ ਤੋਂ ਬਾਅਦ ਅਗਲੇ ਮਹੀਨੇ ਦੀ ਫਿਰ ਮੈਂ ਰਜਿਸਟ੍ਰੇਸ਼ਨ ਅਪਲਾਈ ਕਰ ਸਕਦਾ। ਰਜਿਸਟ੍ਰੇਸ਼ਨ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ, 3 ਮਹੀਨੇ 6 ਮਹੀਨੇ ਜਾਂ ਤੁਸੀਂ 1 ਸਾਲ ਤੱਕ ਦੀ ਕਰ ਸਕਦੇ ਹੋ, ਐਵੇਂ ਹੁੰਦਾ। ਉੱਦਾਂ ਨਾਲ ਗੱਡੀ ਦੇ ਖਰਚੇ ਬਹੁਤ ਨੇ, ਜਿਵੇਂ ਕਿ ਫਰਜ਼ ਕਰੋ ਤੁਸੀਂ ਗੱਡੀ ਲੈ ਲਈ, ਤੁਸੀਂ ਕਿਹਾ ਵੀ ਆਹ ਰੈਮ ਤੁਸੀਂ ਪੇਂਟ ਕਰ ਦਿਓ, ਹੈ ਇਹ ਵੀ ਇੱਕ ਤਰ੍ਹਾਂ ਦੇ ਖਰਚੇ ਨੇਗੇ। ਖਰਚੇ ਵਾਧੂ ਵੀ ਹੋ ਸਕਦੇ ਨੇ, ਖਰਚੇ ਸ਼ੌਕੀਆ ਵੀ ਹੋ ਸਕਦੇ ਨੇ, ਇਹ ਸਾਰੇ ਆ ਜਾਂਦੇ ਨੇ ਖਰਚਿਆਂ ਦੇ ਵਿੱਚ। ਅਤੇ ਇੰਸ਼ੋਰੈਂਸ ਤਾਂ ਸਾਰਿਆਂ ਨੂੰ ਪਤਾ ਹੀ ਆ, ਹਾਲਾਂਕਿ ਮੈਂ ਹਜੇ ਇੰਸ਼ੋਰੈਂਸ ਕਰਾਇਆ ਨਹੀਂ ਹੋਇਆ ਹੈਗਾ ਗੱਡੀ ਦਾ, ਅਤੇ ਮੈਂ ਹੀ ਨਹੀਂ ਫਿਰਦਾ ਹੈਗਾ। ਪੰਗਾ ਯਾਰ, ਮੈਨੂੰ ਤੇਰੇ ਪਾਸ ਹੈ ਇੰਸ਼ੋਰੈਂਸ? ਨਹੀਂ, ਮੇਰੇ ਪਾਸ ਲਾਇਸੈਂਸ ਨਹੀਂ ਹੈ ਨਾ। ਹਾਂ ਲੈ, ਅਸੀਂ ਇੰਸ਼ੋਰੈਂਸ ਨੂੰ ਰੋਈ ਜਾਂਦੇ ਹਾਂ, ਲੋਕਾਂ ਕੋਲ ਲਾਇਸੈਂਸ ਹੈ ਨਹੀਂ। 1 ਸਾਲ ਤਾਂ ਹੋ ਗਿਆ ਤੁਸੀਂ? ਹਾਂ, ਮੇਰਾ ਲਾਇਸੈਂਸ ਐਕਸਪਾਇਰ ਵੀ ਹੋ ਗਿਆ, ਫਿਰ ਵੀ ਚਲਾ ਰਹੇ ਗਾੜੀ। ਇਹ ਬਾਤ ਮੈਂ ਇੰਗਲਿਸ਼ ਮੈਂ ਬੋਲ ਦਿੱਤਾ ਤਾਂ ਕਿ ਸਭ ਕੋ ਪਤਾ ਚੱਲ ਜਾਏ। ਨਹੀਂ ਨਹੀਂ, ਇਹ ਤਾਂ ਪੁਲਿਸ ਦਾ ਪਤਾ ਲੱਗਦਾ, ਉਹ ਮੇਰੇ ਘਰ ਪਿਆ ਕੇ ਮਾਰੇਂਗੇ। ਉੱਦਾਂ ਐਵੇਂ ਕਿ ਜੇ ਤੁਸੀਂ ਗੱਡੀ ਸਹੀ ਚਲਾ ਰਹੇ ਹੋਗੇ, ਜੇ ਤੁਸੀਂ ਰੂਲ ਸਾਰੇ ਫੋਲੋ ਕਰ ਰਹੇ ਹੋ ਨਾ, ਫਿਰ ਤੁਹਾਨੂੰ ਬੋਲਾਓ, ਫਿਰ ਤੁਹਾਨੂੰ ਕੋਈ ਪੁਲਿਸ ਵਾਲਾ ਰੋਕਦਾ ਨਹੀਂ ਹੈਗਾ ਐਵੇਂ। ਪਰ ਜੇ ਤੁਸੀਂ ਉੱਦਾਂ ਹੀ ਮਤਲਬ ਕਿ ਪੁੱਠੇ ਸਿੱਧੇ ਗੱਡੀ ਚਲਾਈ ਜਾਂਦੇ, ਕਦੇ 45 ਹੌਲੀ ਕਰ ਲਈ, ਉਹ ਫਿਰ ਉੱਥੋਂ ਦੇਖ ਕੇ ਸਮਝ ਜਾਂਦੇ ਨੇ ਬੰਦੇ ਨੂੰ ਗੱਡੀ ਚਲਾਉਣੀ ਘੱਟ ਆਉਂਦੀ ਹੋਣੀ, ਵੀ ਜਾਂ ਤਾਂ ਕੋਈ ਗੱਲ ਕੋਈ ਖਰਾਬੀ ਹੈ, ਜਾਂ ਇਹਨੇ ਡਰਿੰਕ ਵਗੈਰਾ ਕੀਤੀ ਹੋਈ ਆ, ਫਿਰ ਉਹ ਤੁਹਾਨੂੰ ਪੁੱਲ ਓਵਰ ਕਰਦੇ ਆ। ਅਤੇ ਹੋਰ ਤਾਂ ਗੱਡੀ ਦਾ ਕੋਈ ਖਰਚਾ ਨਹੀਂ ਹੁੰਦਾ ਹੈ ਨਾ,
और होता कोई गाड़ी का खर्चा? वही बस सर्विसिंग ऑफ रेजो ये सब तो है। हाँ सर्विस सर्विस हो गया, यही हो गया सर्विस का, यही होंगे तेल तूल। मैंने मेरी वाली गड्डी की सर्विस तो हुई हुई है, अजय देख लग एक बार वीडियो नहीं रुकी है, तब से चल रही है। नीत के साथ मुराद तो गड्डिया किन्ने क्या गड्डिया मिल जाएं नेगी न्यूजीलैंड की उन्होंने प्राइसिंग है गड्डिया की, वो सैकेंड हैंड आ मतलब हर गड्डी डिफरेंट प्राइस की होंगी है, वो बारे किसी होर वीडियो गल करा कि सैकेंड हैंड गड्डिया न्यूजीलैंड किन्ने क्या मिलती ने। यह वीडियो सिर्फ खर गड्डी लैंड तो बाद उन्होंने खर्चिया की गल, जिम्मे हूँ मेरी आह गड्डी मैं खड़ा आया सीधे को मकैनिक को, फिर उस बाद उन्हें पंप पुंप पाता $400-500 न्यूजीलैंड डॉलर का खर्चा होया सीगा, इंडिया वाला किन्ना हो गया 20,000 हो गया मेरे हिसाब से घट हो गया, तो चलो उन्ना का खर्चा होया सीगा। यह सारा सिस्टम हैगा जो तुम गड्डी की रजिस्ट्रेशन करनी है, रजिस्ट्रेशन जी रेजो कह देंगे वो तो ऑनलाइन हो जाती है, वो तो मैं तुम्हें दिखाऊंगा मतलब स्क्रीन पर कि किन्ने किन्ने प्राइसिंग होंगे वॉफ के प्राइसिंग, जे थोड़ी गड्डी के कुछ ठीक होने वाला नहीं है तो ठीक आ तो वह $50-60 लेंगे ने मकैनिक, तो गड्डी की वॉफ हो जाती है। देश जे थोड़ी गड्डी 2000 तो जे तो वह उपर है मतलब 2000 ऑनवर्ड्स आ फिर तो उन्होंने एक साल की वॉफ मिलती है, तो जे वो 2000 तो नीचे आ मतलब कि 1999, 1998, 1997 है ना तो मॉडल नीवा गा फिर सिर्फ 6 महीने नहीं मिलेगी, फिर थोड़ा 6 महीने बाद दोबारा जाके मकैनिक को जाना पैंदा गा। आ गड्डी वैसे ये गड्डी मेरी पुरानी गड्डी है, मेरी पहला वाली गड्डी आ निसन प्राइमरा, ये गड्डिया एवं वधिया रहिंदियां नेगियां भी खर्चा खुर्चा इन्हां दे थोड़े आ सस्ती मिल जाती आ, वधिया रिलायबल गड्डिया नेगियां, बाकी लोगों को गड्डी चलानी बहुत घट आती है जिमें कोई राउंड अबाउट से या उदा इंटरसैक्शन से कई बार की होंगे कई बंदे या कई है ना कई कुड़ियाँ ऐ चला रहे होंगे एवं करके जे ऐ करके चला मतलब उन्होंने थोड़ा दूर ही रहो उन्होंने चलानी घट आती होंगी, अगली तो ठोक के बच्चे फिर सॉरी हो कहना साढ़े वर्ग जिन्हें इंश्योरेंस वगैरह करा नहीं होंगे उन्होंने भरने पैदे होर गड्डी के खर्चे होंगे गड्डी के टायर ला लो जो अभी नवे टायर पाने होंगे तो मतलब कि नवे टायर ने जोड़े बाले वधिया पाने ठीक ठीक जो पाने बाले सस्ते पाने जो अभी मतलब बिच विचाला जहाँ कम करना थोड़ू मैं ला लो भी 100-110 डॉलर का एक टायर होंगे गा, चार टायर हो गए मतलब 500 के लाइक मीडियम जी क्वालिटी होगी है ना मीडियम टू लो क्वालिटी दे हो गए महंगे, बाकी फिर तुम किन्ने भी महंगे जा सकते हो गए वो थोड़े से है। एक ना मैं तुम्हें होर स्टोरी दसा, एक दिन मैं जा रहा गड्डी गर्म हो जाए तो मैं इन्हूँ कहा मैं क्या गड्डी गर्म हो रही है लगता गड्डी के कूलेंट वगैरह पैन वाला गा, तो मैं क्या चल आप कूलेंट वगैरह लिया के पाने मैं तू ऐ करी मैं तू बड़ा बड़ा चलाई ना। अगले दिन मैं आया मैंने कहना 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 मैं जा रहा कहना गड्डी का रस्ते खड़ गई मैं समझ गया मैं ख्याल भी कम कोई बड़ा ही कराया हुआ उही गल हुई उन्हें गैसकेट वगैरह बढ़ता गड्डी का 2,250 की गड्डी है तो गड्डी ठीक कराने भी 17-1800 ठीक कराने लग गया मतलब कि एवें भी छोटी छोटी गलों का भी उन्हें बहुत फर्क पैंदा गा भी तुम गड्डी वगैरह जो ड्राइव करते हो ना कि गड्डी लैन चला रहे होंगे तो एटलीस्ट उस गड्डी बारे माड़ी थोड़ी बहुत नॉलेज होनी चाहिए भी कितने की पैंता कितने की पैंता गा। मतलब कि बंदिया वांगू गड्डी चलाने होंगे तो कोई एवं क्रेजी कुछ नहीं करते है फिर सिर्फ आही खर्चे ने फिर मैनू नहीं लगता कोई इदू बाद होर खर्चे होने जे कोई है तो तुम मैं दस सकते हो कॉमेंट करके, बाकी सारे जो खर्चे ने वो थोड़े आप बंगे लाए हुए ने उन्हें करके ने गए सड़क टुटी हुई हैगी। आप की गल कर रहे थे हाँ इंश्योरेंस की, इंश्योरेंस फुल इंश्योरेंस होंगी एक होंगी इंश्योरेंस थर्ड पार्टी, थर्ड पार्टी के ए कि दूसरी गड्डी से जो तुम नुकसान किया तो वह एटलीस्ट वो गड्डी ठीक हो जूगी तुम तो चलो अपनी हौली हौली आप ही करवा लोगे। थर्ड पार्टी इंश्योरेंस मेरे हिसाब न कि महीने के $20 होंगे ने गे, थर्ड पार्टी फायर थैफ्ट होंगे एक एवं वो ए जो थोड़ी गड्डी चोरी हो जाए जो अग उग लग जाए वो कवर हो जाए। आई होप के अपने सारे सवाल जवाब कवर कर ले होन, मेनली गड्डिया के एक्सपेंसिस आही होंगे है गे जे तुम गड्डी कोई थोड़ी वड्डी गड्डी आ तो उन्हें वो फ्यूल कंसम्पशन वो ज़्यादा होनी इंश्योरेंस ज़्यादा होना वो सर्विस महंगी होनी आ तो थोड़ी वो केयर ज़्यादा करनी पैनी आ, जे तुम सस्ती गड्डी लेने हो गए वो सारे खर्चे वो घट हो गए। बाकी गड्डिया बारे एक वीडियो होर बनावे बाद
ਵੀ ਕਿਹੜੀਆਂ ਗੱਡੀਆਂ ਲੈਣ ਦਾ ਫਾਇਦਾ ਜੇ ਤੁਸੀਂ ਸਟੂਡੈਂਟ ਹੋ ਜਾਂ ਕਿਹੜੀਆਂ ਤੁਹਾਨੂੰ ਗੱਡੀਆਂ ਲੈਣ ਦਾ ਨਹੀਂ ਫਾਇਦਾ, ਕੀ ਪ੍ਰਾਈਸਿਸ ਨੇ ਗੱਡੀਆਂ ਦੇ, ਤੁਸੀਂ ਕਿੱਥੋਂ ਲੈ ਸਕਦੇ ਹੋ, ਕਿਵੇਂ ਚੈੱਕ ਕਰ ਸਕਦੇ ਹੋ, ਉਹ ਸਾਰੇ ਬਾਰੇ ਵੀਡੀਓ ਬਣਾਵਾਂਗੇ। ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ। ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਤੁਸੀਂ ਨਹੀਂ ਕੀਤਾ ਹੋਇਆ, ਬੈੱਲ ਆਈਕਨ ਵੀ ਦੱਬ ਦਿਓ ਸਾਈਡ 'ਤੇ ਜਾ ਕੇ। ਡੀਜ਼ਲ ਵੀ ਆ, ਡੀਜ਼ਲ ਵੀ, ਡੀਜ਼ਲ ਹੈਗਾ 1 ਲੀਟਰ 13 ਸੈਂਟ ਪਰ ਲੀਟਰ। ਇੰਡੀਆ ਦੇ ਹਿਸਾਬ ਨਾਲ ਕਿੰਨਾ ਹੋ ਗਿਆ ਮੈਂ ਹੁਣ ਪਤਾ ਨਹੀਂ, ਤੁਸੀਂ ਲਾ ਲਿਓ ਹਿਸਾਬ।